ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੂਆ। ਸੋ PBN ਦੇ 5-star ਮੂਵੀ ਰਿਵਿਊ ਸ਼ੋਅ ਵੀ ਸਾਡੇ ਸਾਰੇ ਦੇਸ਼ ਤੇ ਵਿਦੇਸ਼ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਦੋਸਤੋ, ਇਸ ਫਰਾਈਡੇ ਬਾਲੀਵੁੱਡ ਮੂਵੀ ਲੱਗੀ ਜੀ। ਮੂਵੀ ਦਾ ਨਾਮ ਹੈ ਕਿੱਟੀ ਪਾਰਟੀ। ਸੋ ਚੱਲਦੇ ਹਾਂ ਸਮਾਰਟ ਸਿਟੀ ਲੁਧਿਆਣਾ ਦੇ ਸੋਲੀਟੇਅਰ ਮਾਲ ਦੇ ਵਿੱਚ। ਦੋਸਤੋ, ਮੂਵੀ ਜਸਵਿੰਦਰ ਭੱਲਾ, ਹਰਬੀ ਸਾਂਘਾ, ਗੁਰਪ੍ਰੀਤ ਘੁੱਗੀ, ਇੰਡਾ ਬਾਜਵਾ, ਕਾਇਨਾਤ ਅਰੋੜਾ ਵਰਗੇ ਦਿੱਗਜ ਸਟਾਰ ਕਾਸਟ ਨਜ਼ਰ ਆਉਂਦੇ। ਐਸਾ ਮੈਨੂੰ ਰੰਗ ਚੜਿਆ ਤੇਰੇ ਇਸ਼ਕ ਦਾ ਮੂਵੀ ਦਾ ਸੌਂਗ ਸਾਰੇ ਦਰਸ਼ਕਾਂ ਨੂੰ ਬਹੁਤ ਹੀ ਵਧੀਆ ਲੱਗਿਆ। ਦੋਸਤੋ, ਮੈਂ ਤੁਹਾਨੂੰ ਦੱਸਦਾ ਕਿ ਫਿਲਮ ਦੇ ਵਿੱਚ 4 ਫੈਮਲੀਆਂ ਹੈਗੀਆਂ, ਉਹ 3 ਕਪਲਸ ਹੈਗੇ ਨੇ। ਇਹਨਾਂ ਦੇ 3 ਕਪਲਸ ਹੈਗੇ ਨੇ, ਜਸਵਿੰਦਰ ਭੱਲਾ ਜੀ, ਹਰਬੀ ਸਾਂਘਾ ਔਰ ਗੁਰਪ੍ਰੀਤ ਘੁੱਗੀ ਜੀ। ਇਹਨਾਂ ਦੀ ਜਿਹੜੀ ਵਾਈਫ ਹੈਗੀਆਂ ਨੇ, ਇਹਨਾਂ ਨੇ ਆਪਸ ਵਿੱਚ 4 ਫੈਮਲੀਆਂ ਨੇ ਇਕੱਠੇ ਹੋ ਕੇ ਕਿੱਟੀ ਪਾਈ ਹੋਈ ਹੈ, ਅਤੇ ਇਹਨਾਂ ਚਾਰੋਂ ਦੀ ਫੈਮਲੀਆਂ ਨੂੰ ਮਿਲਦੀ ਹੈ ਕਾਇਨਾਤ ਅਰੋੜਾ, ਜਿਸਦਾ ਮੂਵੀ ਦੇ ਵਿੱਚ ਜੈਸਮੀਨ ਨਾਮ ਹੈਗਾ। ਅਤੇ ਉਹ ਦੱਸਦੀ ਹੈ ਇਹਨਾਂ ਨੂੰ, ਕਹਿੰਦੀ ਹੈ ਕਿ ਅਸੀਂ ਜਿਹੜੇ ਤੁਹਾਡੇ ਪੈਸੇ ਨੇ ਉਹ ਡਬਲ ਕਰ ਦੇਵਾਂਗੇ। ਜਿਸ ਦਿਨ ਸਾਰੇ ਕਪਲ ਬਹੁਤ ਜ਼ਿਆਦਾ ਐਕਸਾਈਟਿਡ ਹੁੰਦੇ ਨੇ ਕਿ ਅੱਜ ਉਹਨਾਂ ਦੇ ਪੈਸੇ ਜਿਹੜੇ 5-5 ਲੱਖ ਨੇ, ਉਹਨਾਂ ਨੂੰ ਉਸਦੇ ਬਦਲੇ 10-10 ਲੱਖ ਮਿਲਣਗੇ, ਜਿਸ ਨੂੰ ਸੁਣ ਕੇ ਉਹਨਾਂ ਦੇ ਹਸਬੈਂਡ ਵੀ ਕਾਫੀ ਜ਼ਿਆਦਾ ਖੁਸ਼ ਹੋਏਗੇ। ਲੇਕਿਨ ਜਦੋਂ ਉਸ ਨੰਬਰ ਨੂੰ ਮਿਲਾਉਂਦੇ ਹੈਗੇ ਨੇ, ਉਹ ਨੰਬਰ ਔਨਲਾਈਨ ਹੈ ਹੀ ਨਹੀਂ। ਸੋ ਦੋਸਤੋ, ਵੇਖਣ ਵਾਲੀ ਗੱਲ ਹੈਗੀ ਹੈ ਕਿ ਤਿੰਨੋਂ ਕਪਲਸ ਨੂੰ ਉਹਨਾਂ ਦਾ ਮਰਿਆ ਹੋਇਆ ਪੈਸਾ ਜਿਹੜਾ ਹੈਗਾ ਉਹ ਵਾਪਸ ਮਿਲਣ ਦੇ ਵਿੱਚ ਕਾਮਯਾਬ ਹੋ ਪਾਉਂਦੇ ਹੈ ਜਾਂ ਨਹੀਂ, ਕਿ ਕਾਇਨਾਤ ਅਰੋੜਾ ਨੂੰ ਇਹਨਾਂ ਦੀ ਸੱਚਾਈ ਦਾ ਪਤਾ ਲੱਗ ਪਾਉਂਦਾ ਹੈ ਜਾਂ ਨਹੀਂ। ਇਹ ਸਾਰੀ ਗੱਲਾਂ ਜਾਣਨ ਲਈ ਆਪ ਸਭ ਨੂੰ ਆਪਣੇ ਆਪਣੇ ਸ਼ਹਿਰਾਂ ਦੇ ਸਿਨੇਮਾ ਘਰਾਂ ਦੇ ਵਿੱਚ ਜਾਣਾ ਪੈਣਾ। ਭਾਅ ਜੀ, ਫਿਲਮ ਕਿੱਦਾਂ ਲੱਗੀ? ਕਿੱਟੀ ਬਹੁਤ ਵਧੀਆ ਸਰ ਜੀ। ਕਿੱਟੀ ਪਾਰਟੀ ਫਿਲਮ ਮੂਵੀ ਦੇਖਣ ਵਾਲੀ ਆ, ਫੈਮਲੀ ਨਾਲ ਦੇਖਣ ਵਾਲੀ ਆ। ਭੱਲਾ ਸਾਹਿਬ ਹੋਣੀ ਨੇ ਕਮੇਡੀ ਹੀਰੋ ਨੇ, ਗੁਰਪ੍ਰੀਤ ਘੁੱਗੀ ਜੀ, ਸੰਘਾ ਜੀ, ਸਾਰੇ ਵਧੀਆ ਨੇ। ਕਾਇਨਾਤ ਅਰੋੜਾ ਜੋ ਕਿ ਬਾਲੀਵੁੱਡ ਐਕਟਰੈਸ, ਉਹਦੀ ਐਕਟਿੰਗ ਕਿੱਦਾਂ ਲੱਗੀ ਸਾਰੇ? ਠੀਕ ਆ, ਉਹਨਾਂ ਦੀ ਐਕਟਿੰਗ ਵੀ, ਯਾਨੀ ਕਿ ਪਹਿਲੀ ਫਿਲਮ ਸੀ, ਵਧੀਆ ਲੱਗੀ ਉਹਨਾਂ ਦੀ ਐਕਟਿੰਗ ਕੀਤੀ। ਫਿਲਮ ਕਿੱਦਾਂ ਲੱਗੀ ਸਾਰੀ? ਫਿਲਮ ਬਹੁਤ ਵਧੀਆ ਜੀ। ਭੱਲਾ ਜੀ ਦੀ ਐਕਟਿੰਗ ਕਿੱਦਾਂ? ਹਾਂਜੀ, ਬਹੁਤ ਵਧੀਆ ਉਹਨਾਂ ਦੀ ਤਾਂ ਐਕਟਿੰਗ, ਸਾਰਿਆਂ ਨੂੰ ਹੀ ਵਧੀਆ ਲੱਗਦੀ ਹੈ ਐਕਚੁਅਲੀ। ਉਹ ਹੈ ਹੀ ਇਸ ਜਿਹੇ ਨੇ ਕਿ ਉਹਨਾਂ ਦੀ ਐਕਟਿੰਗ ਆ ਜੋ ਮਨ ਨੂੰ ਘੁੰਮਦੀ ਹੈ ਸਾਰਿਆਂ ਨੂੰ। ਘੁੱਗੀ ਭਾਅ ਜੀ ਉਹ ਬਿਲਕੁਲ ਉਦੋਂ ਵੀ ਜ਼ਿਆਦਾ ਨੇ ਉਹ, ਕਿ ਉਹਨਾਂ ਦਾ ਜੋ ਉਹਨਾਂ ਦੇ ਜੋ ਬੋਲ ਨੇ ਉਹ ਦਿਲ ਨੂੰ ਛੂੰਦੇ ਹੈ। ਹਾਂਜੀ, ਠੀਕ ਹੈ। ਪਰਿਵਾਰਿਕ ਫਿਲਮ ਹੈ? ਹਾਂਜੀ, ਪੂਰੀ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ, ਅਸੀਂ ਤਾਂ ਇਹੀ ਕਹਿੰਦੇ ਜੀ। ਅਸੀਂ ਦੇਖਿਆ, ਫੁੱਲ ਇੰਜੋਏ ਕੀਤਾ ਜੀ। 5 ਕਿੰਨੇ ਸਟਾਰ ਦੋਗੇ? 5-4 ਸਟਾਰ। 5-4 ਸਟਾਰ ਜੀ, ਪੱਕੇ ਨੇ ਜੀ। ਵਾਹ ਜੀ ਵਾਹ। ਸੋ ਦੋਸਤੋ, ਦੇਖਿਆ ਕਿਸੇ ਨੇ 4 ਦਿੱਤੇ, ਕਿਸੇ ਨੇ 5 ਦਿੱਤੇ, ਲੇਕਿਨ PBN ਦੀ ਪੂਰੀ ਟੀਮ ਵੱਲੋਂ ਫਿਲਮ ਨੂੰ 3.5 ਸਟਾਰ ਦਿੱਤੇ ਜਾਂਦੇ ਆ। ਅਗਲੇ ਹਫ਼ਤੇ ਫਿਰ ਮਿਲਦੇ ਹਾਂ ਨਵੀਂ ਫਿਲਮ ਦੇ ਰਿਵਿਊ ਦੇ ਨਾਲ। ਤਦ ਤੱਕ ਕੈਮਰਾ ਪਰਸਨ ਵੀ ਮਨਜੀਤ ਔਰ ਹਰਦੀਪ, ਤੁਹਾਨੂੰ ਦਿਓ ਇਜਾਜ਼ਤ। ਧੰਨਵਾਦ।